कह रहा है वो ये है। वेलकम टू माय चैनल। आज आ क्रिसमस, क्रिसमस दी रौनका देखो तुसी। इधर बंगा रोड ते चर्च आ, असी नाइट वॉक कर रहे सी, सोचा कि चलो थोड़ी वीडियो बनाने दे क्रिसमस दा की प्रोग्राम आ। नाल रवि भाई साडे, ठंड बहुत आ। हैप्पी क्रिसमस, मैरी क्रिसमस, हैप्पी क्रिसमस, जो मर्जी कह दो। देखो ये चर्च दी एंट्रेंस आ, चर्च पूरी सजाई होनी अंदरों, क्योंकि अज क्रिसमस आ। 25 दिसंबर आज लाइटिंग देखो कितनी बढ़िया की हुई, पूरा फ्लोर से भी मैटिंग की है। आज रात को प्रोग्राम होना चर्च, कोई देखते हैं, देख रहा तुम सामने वेलकम लिखा पिया चर्च से। चर्च बहुत वधिया सजाई है। मैरी क्रिसमस सारे नु, क्रिसमस ट्री एंड बिल्कुल शांत हो जावांगे, कोई भी एक दूसरे के नाल वार ना करे, क्योंकि इस वक्त असी सर्वशक्तिमान परमेश्वर की हजूरी दे विच आ। फोन दे जो असी ओदे की आज क्रिसमस ते संगता बाबा दी बैठियां पईयां, परमात्मा यीशु जी दी संगता बैठियां पईयां। मैरी क्रिसमस सारे नु, जिंदा खुदा बाप सर्वशक्तिमान अब्राहम इसहाक याकूब के परमेश्वर, इस धरती आकाश को बनाने में आप पूजा की पूरी जरूरी सहनियाने आ पिता। बहुत सुंदर डेकोरेशन की थी जी, 25 दिसंबर क्रिसमस नाइट तो देख रहे बंगा रोड नवा शहर। तो उस प्रति मेहरबान बढ़ियाई करके जो तुहानू आसमाना दे उते पसंद आए प्रभु। बंगा रोड ते चर्च आए सी ते ਸਾਨੂੰ ਭਾਜੀ ਕਹਿੰਦੇ ਪ੍ਰਸ਼ਾਦ ਖਾ ਕੇ ਨਿਊਡਲਸ ਮਿਲ ਗਏ ਸਾਨੂੰ, ਗਰਮਾ ਗਰਮ ਹੋਰ ਠੰਡੀ ਵੀ ਚਾਹੀਦਾ। ਹਾਂਜੀ ਉਹ ਭਾਜੀ ਨਿਊਡਲਸ ਮਿਲ ਗਏ ਠੰਡੀ 'ਚ, ਹੋਰ ਬੜੇ ਸਵਾਦ ਆ ਜੀ, ਬਹੁਤ ਸਵਾਦ। ਇੱਕੋ ਹੀ ਲਏ ਆ ਜੀ, ਮੈਂ ਥੋੜ੍ਹਾ ਥੋੜ੍ਹਾ ਚਲੋ ਖਾ ਲੈਂਦੇ ਹਾਂ ਭਾਜੀ ਉਹਨੇ ਜਾਣ ਦੇ ਜ਼ੋਰ ਪਾ ਦੇ। ਹਾਂਜੀ ਅਸੀਂ ਆ ਗਏ ਚਰਚ ਤੋਂ ਬਾਅਦ, ਅਤੇ ਜਿੱਦਾਂ ਕਿ ਤੁਸੀਂ ਦੇਖਿਆ ਬਹੁਤ ਪੀਸਫੁਲ ਤਰੀਕੇ ਨਾਲ ਸਾਰੇ ਪ੍ਰਭੂ ਯੀਸ਼ੂ ਜੀ ਦਾ ਸੁਣ ਰਹੇ ਨੇ, ਜੋ ਵੀ ਉਹਨਾਂ ਦੇ ਪਾਸਟਰ ਵਗੈਰਾ ਆਪਣਾ ਵਿਚਾਰ ਦੇ ਰਹੇ ਨੇ, ਅਤੇ ਪੀਸਫੁਲ ਬਹੁਤ ਆ। ਅਤੇ ਸਾਨੂੰ ਨਿਊਡਲਸ ਵੀ ਖਾਣ ਨੂੰ ਮਿਲ ਗਿਆ ਇੱਥੇ, ਅਤੇ ਭਾਜੀ ਕਹਿੰਦੇ ਪ੍ਰਸ਼ਾਦ ਖਾ ਕੇ ਜਾਣਾ ਵਾ, ਗਰਮਾ ਗਰਮ ਨਿਊਡਲ ਖਾ ਲਿਆ ਸੀ। ਅਤੇ ਚਲੋ ਜੀ ਅੱਗੇ ਤੁਹਾਨੂੰ ਮਿਲਦੇ ਹਾਂ, ਅਤੇ ਤੁਹਾਨੂੰ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ। ਵਧੀਆ ਲੱਗੀ ਤਾਂ ਇਹ ਸੀ ਨਵਾਂ ਸ਼ਹਿਰ ਦੀ ਬੰਗਾ ਰੋਡ 'ਤੇ ਚਰਚ ਜੀ। ਇਹ ਸੀ ਬੰਗਾ ਰੋਡ ਦੀ ਚਰਚ, ਅਤੇ ਅਸੀਂ ਹੁਣ ਜਾ ਰਹੇ ਘਰ ਨੂੰ। ਸਾਡੀ ਵੋਕ ਦੇ ਨਾਲ ਨਾਲ ਅਸੀਂ ਚਰਚ ਦੇ ਵੀ ਦਰਸ਼ਨ ਕਰ ਲਏ। ਵੈਸੇ ਵੀ ਅੱਜ 25 ਦਸੰਬਰ ਆ, ਸਾਲ ਬਾਅਦ ਹੀ ਆਈ ਤਾਂ ਚਲੋ ਦਰਸ਼ਨ ਹੋ ਗਏ ਬਾਬਾ ਜੀ ਦੇ। ਤੋ ਲਾਸਟ ਵੀ ਇਹੀ ਕਹਿਣਾ ਚਾਹਾਂਗੇ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ। ਸਾਡਾ ਹੋ ਗਿਆ ਵਲੌਗ ਪੂਰਾ, ਅਤੇ ਅਸੀਂ ਚੱਲੇ ਘਰ ਨੂੰ। ਰਵੀ ਭਾਈ ਨੂੰ ਘਰੋਂ ਫੋਨ ਆ ਗਿਆ, ਹਾਂਜੀ ਭਾਈ ਉਹ ਮਾੜਾ ਘਰੋਂ ਫੋਨ ਆ ਗਿਆ, ਦੇਖੋ ਫੋਨ ਮਿਲਿਆ ਪਿਆ ਵਾ। ਅਤੇ ਘਰ ਦੇ ਕਹਿੰਦੇ ਨੇ ਕਿੱਥੇ ਗਏ, ਆਪਾਂ ਇਸ ਟਾਈਮ ਬੰਗਾ ਰੋਡ 'ਤੇ ਚੱਲੇ ਆਪਾਂ ਘਰ ਨੂੰ। ਭਾਈ ਮਿਲ ਕੇ ਪੂਜਾ ਖਾ ਰਹੇ ਆ, ਮਨ ਭਾਈ ਪੂਜਾ ਦਿਖਾਇਓ ਮਾੜਾ। ਕਿਹੜਾ ਪੂਜਾ ਹੈ, ਕਿਹੜਾ ਪੂਜਾ? ਪਾਪੜੀ, ਪਾਪੜੀ, ਪਾਪੜੀਆਂ ਲਾ ਜੀ। ਅਸੀਂ ਘਰ ਚੱਲੇ ਸੀ, ਨਾਲੇ ਸਾਨੂੰ ਮਨ ਭਾਈ ਭੁਜਿਆ ਖਾ ਰਹੇ ਸੀ ਪਾਪੜੀਆਂ। ਪਿਆਜ ਪੁਜ ਪਾ ਲਿਆ ਘਰੇ 'ਚ, ਚਰਚ ਤੋਂ ਜਿੱਦਾਂ ਕਿ ਅਸੀਂ ਆ ਗਏ ਸੀ ਚਰਚ ਤੋਂ, ਅਤੇ ਬਹੁਤ ਸਾਨੂੰ ਪ੍ਰੋਗਰਾਮ ਲੱਗਾ, ਨਾਲ ਹੀ ਸਾਨੂੰ ਮਨ ਭਾਈ ਮਿਲ ਗਏ।
ਪੰਜਾਂ ਦਾ ਭੁਜਿਆ ਮਦਨ ਤੋਂ ਲੈ ਕੇ ਆਏ ਸੀ ਹੁਣੇ ਭੁਜਿਆ ਖਾ ਰਹੇ ਸੀ ਦਸ ਰੁਪਏ ਦਾ ਭੁਜਿਆ ਖਾ ਰਹੇ ਸੀ ਉੱਥੋਂ ਮਦਨ ਤੋਂ ਆਉਂਦੇ ਆਉਂਦੇ ਗਲੀ ਤੱਕ ਦਸ ਰੁਪਏ ਦਾ ਭੁਜਿਆ ਖਤਮ ਕਰਤਾ ਦੇ ਲੋਕ ਇੰਨੀ ਖੁਰਾਕ ਆ ਮੁੰਡੇ ਦੀ ਠੀਕ ਆ ਜੀ ਅਤੇ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਇੱਕ ਵਾਰ ਤੁਸੀਂ ਵੀ ਕਹਿ ਦਿਓ ਯਾਰ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਛੋਟੀ ਜਿਹੀ ਘੰਟੀ ਨੂੰ ਵੀ ਜ਼ਰੂਰ ਦਬਾਇਓ ਛੋਟੀ ਜਿਹੀ ਘੰਟੀ ਨੂੰ ਜ਼ਰੂਰ ਦਬਾ ਦਿਓ